मेरी सारे संगरूरगढ़ दे इलाके दे वासियां नूं जां मानसा दे नूं जां वी जिहड़ा वी सानूं सुण रिहा नेड़े कोई मौड़ा वाले तलवंडी वाले आ साडी बेनती आ कि संगरूरगढ़ दे कोले बन्न टुट्टिया हुण रात दा 5 बजे ਜਿਹਦੇ ਜਿਹਦੇ ਕੋਲ ਜੇ ਸੀ ਬੀ ਆ ਅਸੀਂ ਕਿਰਾਇਆ ਦੇਣ ਨੂੰ ਵੀ ਤਿਆਰ ਹਾਂ ਕਿਉਂਕਿ ਸਾਡੀਆਂ ਸਾਰੀਆਂ ਜੇ ਸੀ ਬੀਆਂ ਇੱਥੇ ਲੱਗੀਆਂ ਹੋਈਆਂ ਮੈਂ ਖਾਸ ਕਰਕੇ ਤਲਵੰਡੀ ਸਾਬੋ ਇਲਾਕਾ ਮੌੜ ਵਾਲਿਆਂ ਨੂੰ ਬੇਨਤੀ ਕਰਦਾ ਸਾਨੂੰ ਜੇ ਸੀ ਬੀਆਂ ਦਿੱਤੀਆਂ ਜਾਣ ਕਿਰਾਇਆ ਵੀ ਦੇਵਾਂਗੇ ਅਸੀਂ ਸਾਰਾ ਕੁਛ ਦੇਵਾਂਗੇ ਜਿੱਥੇ ਵੀ ਜੇ ਸੀ ਬੀ ਹੈਗੇ ਆ ਜਿਹੜੇ ਵੀਰ ਕੋਈ ਜੇ ਸੀ ਬੀ ਵਾਲੇ ਨੂੰ ਜਾਣਦੇ ਆ ਜ਼ਰੂਰ ਭੇਜੋ ਹੱਥ ਜੋੜ ਕੇ ਬੇਨਤੀ ਆ ਦੂਜੀ ਪਿੰਡ ਵਾਲਿਆਂ ਨੂੰ ਬੇਨਤੀ ਆ ਦੇਖੋ ਸੰਗੂਲਗੜ੍ਹ ਸ਼ਹਿਰ 'ਚ ਪਾਣੀ ਜੇ ਵੜ ਗਿਆ ਇੱਥੇ ਬਹੁਤ ਵੱਡਾ ਖਤਰਾ ਕਿਉਂਕਿ ਬੰਨ ਦਾ ਪਾੜ ਬਹੁਤ ਵੱਡਾ ਪਿਆ ਗਾ ਪਾਣੀ 26 ਫੁੱਟ 'ਤੇ ਹੋ ਗਿਆ ਸੀ ਸੋ ਬੇਨਤੀ ਆ ਜਿਹੜੇ ਕੋਈ ਟਰੈਕਟਰ ਟਰਾਲੀ ਤੇ ਇੱਕ ਜਿਹੜਾ ਪੀਣ ਵਾਲਾ ਪਾਣੀ ਆ ਕੱਲਾ ਕੇ ਪਿੱਛੇ ਪੀਣ ਵਾਲਾ ਪਾਣੀ ਦੇ ਜਿਹੜੇ ਹੈਗੇ ਆ ਸਾਡੇ ਕੈਂਟਰ ਪਾ ਕੇ ਉਹ ਟੈਂਕਰ ਹੁੰਦਾ ਜਿਹੜਾ ਪੀਣ ਵਾਲਾ ਪਾਣੀ ਵੀ ਜ਼ਰੂਰ ਉਪਲਬਧ ਕਰਾਓ ਸਾਨੂੰ ਤੇ ਇੱਕ ਜੇਸੀਬੀ ਦੋਨਾਂ ਵਾਸਤੇ ਬੇਨਤੀ ਕਰਦਾ ਹੱਥ ਜੋੜ ਕੇ ਦੂਜੀ ਬੇਨਤੀ ਆ ਕਿ ਮੈਂ ਸ਼ਹਿਰ ਵਾਲਿਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਕਹਿੰਦਾ ਸਾਨੂੰ ਕੰਮ ਕਰ ਲੈਣ ਦਿਓ ਸੈਲਫੀਆਂ ਤੋਂ ਖੜਾ ਛੜਾ ਦਿਓ ਅਸੀਂ ਲੱਗੇ ਪਿਆ ਉੱਥੇ ਮੋਟਰਸਾਈਕਲਾਂ ਤੇ ਜਾ ਕੇ ਤੁਸੀਂ ਸੈਲਫੀਆਂ ਲੈ ਕੇ ਸਾਡੇ ਟਰੈਕਟਰ ਵੀ ਰੋਕਦੇ ਆ ਸਾਨੂੰ ਡਿੱਕਾ ਵੀ ਲਾਉਣੇ ਆ ਸੋ ਆਹ ਕੰਮ ਆਫਤ ਆਈ ਆ ਸਾਨੂੰ ਕੰਮ ਕਰਨ ਦੀ ਲੋੜ ਆ ਸੋ ਹੱਥ ਜੋੜ ਕੇ ਬੇਨਤੀ ਆ ਜਿਹੜੇ ਆ ਸੈਲਫੀਆਂ ਲੈਣ ਆਉਂਦੇ ਆ ਇਹ ਵੀ ਸਾਡਾ ਖੜਾ ਛੱਡ ਦਿਓ ਮੋਟਰਸਾਈਕਲ ਪਾਸੇ ਕਰ ਲਓ ਬੰਨ ਸਾਨੂੰ ਰੋਕ ਲੈਣ ਦਿਓ ਦੂਜਾ ਜਿਹੜੇ ਵੀ ਤਲਵੰਡੀ ਸਾਹਿਬ ਕੋ ਨੇੜੇ ਵਾਲੇ ਕੋਈ ਜੇ ਸੀ ਬੀ ਵਾਲੇ ਆ ਜ਼ਰੂਰ ਪਹੁੰਚਿਆ ਕਰੋ ਬਹੁਤ ਵੱਡੀ ਆਫਤ ਆ ਸਤਿ ਸ਼੍ਰੀ ਅਕਾਲ ਜੀ।